ਸਾਡੇ ਜਸੇਦਾਰ ਦੀ ਤਲਵਾਰ ਖੋਣ ਪੈ ਗਈ ਜੀ ਸਾਡਾ ਬਹੁਤ ਨੁਕਸਾਨ ਕੀਤਾ ਬਹੁਤ ਐਟ ਰੋੜਾ ਮਾਰਿਆ ਗਿਆ ਸਾਨੂੰ ਇੱਟਾਂ ਵੀ ਮਾਰੀਆਂ ਗਈਆਂ ਤੇ ਅਸੀਂ ਆਪਦਾ ਹੱਕ ਮੰਗ ਰਹੇ ਹਾਂ ਸਾਨੂੰ 3 ਸਾਲ ਦਾ EPI ਫੰਡ ਜਿਹੜੇ ਮੇਰੇ ਬਣਦੇ ਆ 24,700 ਕਿੰਨੇ ਰੁਪਏ ਚੌਲਾਂ ਤੇ ਮੈਂ ਅੱਜ ਵੀ ਲੈਣਦਾਰ ਆ ਕਈ ਬੰਦੇ ਲੱਖ ਲੱਖ ਵਾਲੇ ਵੀ ਬੈਠੇ ਆ ਉਹਨਾਂ ਨੇ ਵੀ ਲੈਣਾ ਰਹਿੰਦਾ ਜੀ फिरोजपुर के कस्बा जीरा विच कणक की फसल पिछे पल्लेदारां ते मजदूरां विचाले खूनी झड़प हो गई जिस विच भारी पत्थरबाजी हुई ते दोहां पासिओं इट्टा रोड़े भी चले। इस झड़प विच कई लोग जख्मी हो गए जिन्हां नूं सिविल हस्पताल दाखिल करवाया गया। मौके ते पहुंची पुलिस ने मामले ते काबू पाया ते मामले की जांच करन दी गल कही है। ਮੇਰਾ ਨਾਮ ਨਿਰਮਲ ਸਿੰਘ ਜੀ। ਕੀ ਗੱਲ ਕੀ ਹੋਈ ਹੈ ਜੀ? ਸਾਨੂੰ SDM ਸਰ ਨੇ ਸੱਦਿਆ ਸੀ, ਅਸੀਂ ਇੱਥੇ ਬਾਹਰ ਧਰਨੇ ਤੇ ਬੈਠੇ ਸੀਗੇ। ਆਂਦੇ ਆਣ ਕੇ ਗੱਲਬਾਤ ਦੱਸੋਗੇ ਤੇ ਫੇਰ ਹੀ ਕਿਸੇ ਗੱਲ ਦਾ ਮਸਲਾ ਹੱਲ ਕੀਤਾ ਜਾਊਗਾ। ਅਸੀਂ ਚਲੇ ਗਏ, ਉਹਨਾਂ ਨੂੰ ਮੇਨ ਮੁੱਦਾ ਇਹ ਦੱਸਿਆ ਵੀ 3 ਸਾਲ ਤੋਂ ਪਹਿਲਾਂ ਸਾਡਾ EPI ਸਾਡਾ ਜਿਹੜਾ EPI ਫੰਡ ਸੀਗਾ ਜੀ 3 ਸਾਲ ਦਾ, ਉਹ ਸਾਨੂੰ ਚਲਾਣ ਦਿੱਤੇ ਜਾਣ। ਉਹਨੇ ਸਾਨੂੰ ਕੀ ਜਵਾਬ ਦਿੱਤਾ? ਉਹ ਆਂਦਾ ਜੇ ਅਗਲਿਆਂ ਤੋਂ ਲਏ ਤਾਂ ਕਿਹੜੇ ਗਰੁੱਪ ਨੂੰ ਬਿਲੋਂਗ ਕਰਦੇ ਆ ਜੀ? ਸਾਡਾ ਬਹੁਤ ਨੁਕਸਾਨ ਕੀਤਾ ਬਹੁਤ ਐਟ ਰੋੜਾ ਮਾਰਿਆ ਗਿਆ ਸਾਨੂੰ ਇੱਟਾਂ ਵੀ ਮਾਰੀਆਂ ਗਈਆਂ ਤੇ ਅਸੀਂ ਆਪਦਾ ਹੱਕ ਮੰਗ ਰਹੇ ਹਾਂ ਸਾਨੂੰ 3 ਸਾਲ ਦਾ EPI ਫੰਡ ਜਿਹੜੇ ਮੇਰੇ ਬਣਦੇ ਆ 24,700 ਕਿੰਨੇ ਰੁਪਏ ਚੌਲਾਂ ਤੇ ਮੈਂ ਅੱਜ ਵੀ ਲੈਣਦਾਰ ਆ ਕਈ ਬੰਦੇ ਲੱਖ ਲੱਖ ਵਾਲੇ ਵੀ ਬੈਠੇ ਆ ਉਹਨਾਂ ਨੇ ਵੀ ਲੈਣਾ ਜੀ 63,000 ਰੁਪਇਆ ਹਜੇ ਤੱਕ ਨਹੀਂ ਇਹਨਾਂ ਨੇ ਮੇਰਾ ਦੱਸਿਆ। ਅਗਲੀ ਕਾਰਵਾਈ ਵੱਧ ਤੋਂ ਵੱਧ ਸੰਘਰਸ਼ ਤੇਜ਼ ਕਰਾਂਗੇ ਜੀ, ਅੱਗੇ ਅਸੀਂ ਮਿਹਨਤ ਕਰਦੇ ਹਾਂ। ਕਾਹਦੇ ਲਈ ਕਰਾਂਗੇ? ਤੁਹਾਡਾ ਕੀ ਮੇਨ ਟਾਰਗੇਟ ਸੀ? ਸੰਘਰਸ਼ ਇਹ ਹੈ ਜੀ, ਇਹ ਸਾਨੂੰ ਕਹਿੰਦਾ ਵੀ ਅਸੀਂ ਤੁਸੀਂ ਪੁਰਾਣੀ ਜਿਹੜੇ ਠੇਕੇਦਾਰ ਦੇ ਟੈਂਡਰ ਪਵਾਉਂਦੇ ਸੀ ਉਹਦੇ ਨਾਲ ਜਾ ਕੇ ਕੰਮ ਕਰ ਲਓ, ਇਹ ਸਾਲਾ ਲੱਗਦਾ ਚੁਣੀ ਆਂਦਾ ਮੰਗ ਰਹੇ ਆ, ਉਹਦਾ ਸਾਨੂੰ ਇਨਸਾਫ ਦਵਾਇਆ ਜਾਵੇ, ਉਹਦੇ ਸਾਨੂੰ ਚਲਾਣ ਦਿੱਤੇ ਜਾਣ, ਜਿਹੜੇ ਬਣਦੇ ਪੈਸੇ ਮੇਰੇ ਚੌਲਾਂ ਦੇ ਉਹ ਦਿੱਤੇ ਜਾਣ ਤੇ ਅਸੀਂ ਅਗਲੀ ਕਾਰਵਾਈ ਕੰਮ ਤੇ ਲੱਗਣ ਦੀ ਫੇਰ ਕਿਸੇ ਨਾਲ ਕਰਦੇ ਆ। ਜਿਹੜੇ ਜੀਰਾ ਸ਼ਹਿਰ ਦੇ ਵਿੱਚ ਹੈਗੇ ਪੱਲੇਦਾਰ ਯੂਨੀਅਨ, ਇਹਨਾਂ ਦਾ ਟੋਆ ਟਵਾਈ ਦੇ ਰੇਟਾਂ ਨੂੰ ਲੈ ਕੇ ਆਪਸ ਦੇ ਵਿੱਚ ਜਿਹੜਾ ਡਿਸਪਿਊਟ ਚੱਲ ਰਿਹਾ ਹੈਗਾ, ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਜਿਹੜੇ ਹੈਗੇ ਨੇ ਘੱਟ ਰੇਟ ਮਿਲ ਰਹੇ ਨੇ ਟੋਆ ਟਵਾਈ ਦੇ, ਜਿਨ੍ਹਾਂ ਨੂੰ ਲੈ ਕੇ ਦੋ ਪਾਰਟੀਆਂ ਦੇ ਵਿੱਚ ਕਲੈਸ਼ ਹੋਇਆ ਸੀਗਾ ਅਤੇ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ। ਹਾਲ ਦੀ ਘੜੀ ਕੰਮ ਰੋਕ ਦਿੱਤਾ ਗਿਆ ਹੈਗਾ ਅਤੇ ਜਦੋਂ ਤੱਕ ਇਹ ਮਸਲਾ ਸੁਲਝਾ ਨਹੀਂ ਲਿਆ ਜਾਂਦਾ ਉਦੋਂ ਤੱਕ ਕੰਮ ਬੰਦ ਰਹੇ। ਲੜਾਈ ਹੋਣੀ ਨਹੀਂ ਅੰਦਰ ਜਾਂਦੇ ਤੇ ਲੜਾਈ ਨਹੀਂ ਹੋਣੀ। ਠੀਕ ਹੈ।